ਦਰਦ ਹੈ ਆਓ ਬਾਣੀ ਨੂੰ ਪੜ੍ਹੀਏ ਤੇ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਈਏ ਜਿੱਥੇ ਆਪਾਂ ਗੱਲ ਕਰਦੇ ਹਾਂ ਸਤਿਗੁਰਾਂ ਦੇ ਜੀਵਨ ਦੀ ਗੁਰਬਾਣੀ ਦੀ ਸਤਿਗੁਰੂ ਮਿਹਰ ਕਰਨ ਕਿ ਸਾਨੂੰ ਕਮਾਉਣ ਦਾ ਬਾਣੀ ਪੜ੍ਹਨ ਦਾ ਸੁਣਨ ਦਾ ਵਿਚਾਰਨ ਦਾ ਕਮਾਉਣ ਦਾ ਬਲ ਬਖਸ਼ਿਸ਼ ਕਰਨ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਫੁੱਲਾਂ ਚੁੱਕਾਂ ਦੀ ਕਮਾਂ ਸੋ ਆਓ ਹੁਣ ਸਾਡੇ ਕਾਲਜ ਦੇ ਵਿਦਿਆਰਥੀ ਆਪ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੰਬੰਧ ਵਿੱਚ ਕਵਿਸ਼ਰੀ ਇਹਨਾਂ ਬੱਚਿਆਂ ਨੇ ਤਿਆਰ ਕੀਤੀ ਹੈ ਉਹ ਸਰਵਣ ਕਰਾਉਣਗੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਉਹ ਮਾਈਕ 'ਤੇ ਆਉਣ ਅਤੇ ਆਪਣੀ ਕਵਿਸ਼ਰੀ ਜਿਹੜੀ ਆ ਉਹ ਸਰਵਣ ਕਰਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहिगुरु जी का खालसा वाहिगुरु जी की फतेह वो धरती अमृत सर दी उत्तम धर गुरु हर गोबिंद दा मां नानक की जाया सी जेड़ा राखा भरिया हिद दा नमस्कार गुरु नूं नमस्कार गुरु नूं जेड़ा ना कोई जग ते सानी इस देश नूं रख लिया सतगुरु दे अपनी कुर्बानी इस हिंद नू रख लिया सतगुरु दे सिर दी कुर्बानी बचपन विच सिख लिया बाणी पढ़ना कोरे चरना मन नू काबू करना बैरी नाल किवें है लड़ना मेरी पीरी दी गल किवें समें समें नाल समझाउणी इस देश नू रख लिया सतगुरु दे अपनी कुर्बानी इस हिंद नू रख लिया सतगुरु दे सिर दी कुर्बानी ओ मक्खन शाह पोचा जी लभदा लभदा जदो बकाले एक गुरु नू मिलना सी फस गया बाइया बिच बिचाले पर सतगुर उस दी याद कराई समुंदर कहानी इस देश नू रख लिया सतगुरु दे अपनी कुर्बानी इस हिंद नू रख लिया सतगुरु दे सिर दी कुर्बानी ओ सतगुरु दे दुखिया ने गोली गुरा ते जदों चलांगी एडी वड्डी सी गल ओ छोटी गुरा ने जान भुलाती इत्थे उत्थे रखवाला इत्थे उत्थे रखवाला प्रभु सतगुर दीन दयाला सतगुर रहे कौन दे गुरबानी इस देश नू रख लिया सतगुरु दे अपनी कुर्बानी इस हिंद नू रख लिया सतगुरु दे सिर दी कुर्बानी ओ पंडित जब आए सी लेके गुरा कोल फरियाद कर दिता ओ रंगे ने साडा धर्म जरो बर्बाद सतगुर सोती पै गए वाहिगुरु जी का खालसा।
ਦਾ ਵਾਹਿਗੁਰੂ ਜੀ ਨੂੰ ਫਤਿਹ। ਹੁਣ ਮੈਂ ਅੱਜ ਤੇ ਸਤਿਕਾਰ ਸਾਹਿਬ ਬੇਨਤੀ ਕਰਾਂਗੇ ਬਹੁਤ ਹੀ ਸਤਿਕਾਰ ਜੋ ਸਾਡੇ ਬਾਦ ਦੇ ਪ੍ਰਿੰਸੀਪਲ ਸਾਹਿਬ ਜੀ ਨੂੰ ਵਾਹਿਗੁਰੂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਮਾਗਮ ਵਿੱਚ ਹਾਜ਼ਰੀ ਕਰ ਰਹੇ ਹਾਂ। ਸਾਡੇ ਧਾਰਮਿਕ ਟੀਚਰ ਅੰਮ੍ਰਿਤਪਾਲ ਜੀ ਹਰਾਂ ਵਿਦਿਆਰਥੀਆਂ ਨੇ ਗੁਰੂ ਮਹਾਰਾਜ ਦੇ ਇਤਿਹਾਸ ਬਾਰੇ ਦੱਸਿਆ ਸਾਨੂੰ। ਕਵੀਸ਼ਰੀ ਦੀ ਕਾਵਿ ਰੂਪ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਵਿੱਚ ਪ੍ਰਕਾਸ਼ ਹੋਇਆ ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੱਲੋਂ ਜਿਹੜਾ ਇਨਸਾਨੀਅਤ ਨੂੰ ਸਿੱਧੇ ਮਨੁੱਖ ਨੂੰ ਸਿੱਧੇ ਰਾਹ ਪਾਉਣ ਲਈ ਇਨਸਾਨੀਅਤ ਦਾ ਜਿੰਨਾ ਪਾਠ ਸਾਨੂੰ ਪੜ੍ਹਾਇਆ ਉਹਨਾਂ ਦੀ ਨੌਵੀਂ ਜੋਤ ਜਿਹੜੇ ਸੀ ਗੁਰੂ ਸਾਹਿਬ। ਗੁਰੂ ਸਾਹਿਬ ਨੇ ਜੰਗਾਂ ਵੀ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ, ਅਤੇ ਉਸ ਤੋਂ ਬਾਅਦ ਜਦੋਂ ਮਨੁੱਖੀ ਆਜ਼ਾਦੀ ਦੇ ਲਈ, ਹਿਊਮਨ ਰਾਈਟਸ ਦੇ ਲਈ, ਧਰਮ ਦੀ ਆਜ਼ਾਦੀ ਦੇ ਲਈ ਉਹਨਾਂ ਆਪਣੀ ਸ਼ਹਾਦਤ ਦਿੱਤੀ। ਬੜੀ ਇਹ ਵਿਲੱਖਣ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਜਨੇਊ ਦਾ ਵਿਰੋਧ ਕੀਤਾ ਉਸ ਟਾਈਮ, ਅਤੇ ਗੁਰੂ ਸਾਹਿਬ ਨੇ ਉਸੇ ਜਨੇਊ ਦੇ ਲਈ ਆਪਣੀ ਸ਼ਹਾਦਤ। ਕਈ ਵਾਰੀ ਅਸੀਂ ਆਖਦੇ ਹਾਂ ਕਿ ਜਨੇਊ ਦਾ ਵਿਰੋਧ ਕੀਤਾ, ਪਰ ਉਹ ਬੇਸਿਕਲੀ ਜਨੇਊ ਦਾ ਵਿਰੋਧ ਨਹੀਂ ਸੀ, ਉਹ ਜਿਹੜਾ ਪਖੰਡਵਾਦ ਸੀ, ਧਾਰਮਿਕ ਪਖੰਡਵਾਦ ਸੀ, ਉਹ ਜਨੇਊ ਵੀ ਹੋ ਸਕਦਾ ਹੈ, ਜਿਹੜਾ ਅਸੀਂ ਅੱਜ ਸਿੱਖੀ ਦੇ ਰੂਪ 'ਚ ਵੀ ਹੋ ਸਕਦਾ ਹੈ ਕਿ ਪਖੰਡਵਾਦ ਦਾ ਜਿਹੜਾ ਵਿਰੋਧ ਸੀ ਗੁਰੂ ਨਾਨਕ ਸਾਹਿਬ ਨੂੰ। ਪਰ ਉਸ ਟਾਈਮ ਲੋੜ ਸੀ ਧਰਮ ਨੂੰ ਬਚਾਉਣ ਲਈ, ਕਿਉਂਕਿ ਧਰਮ ਦੀ ਆਜ਼ਾਦੀ ਜਿਹੜੀ ਆ ਕਿ ਕੋਈ ਵੀ ਮਨੁੱਖ ਕਿਸੇ ਵੀ ਧਰਮ ਨੂੰ ਜੇ ਉਹ ਮੰਨਦਾ ਹੈ ਤਾਂ ਉਹਨੂੰ ਇਹ ਪੂਰੀ ਖੁੱਲ੍ਹ ਹੋਣੀ ਚਾਹੀਦੀ ਆ ਕੁਦਰਤ ਵੱਲੋਂ, ਪਰਮਾਤਮਾ ਵੱਲੋਂ, ਕਿ ਉਹਨੂੰ ਅਸੀਂ ਕੀ ਰੋਕਿਆ ਨਾ ਜਾਵੇ ਕਿ ਇਸ ਧਰਮ ਨੂੰ ਨਹੀਂ ਮੰਨਣਾ, ਇਸ ਧਰਮ ਨੂੰ ਮੰਨਣਾ। ਪਰ ਜਿਹੜਾ ਸਮੇਂ ਦਾ ਹਾਕਮ ਹੁੰਦਾ ਹੈ ਉਹਨੂੰ ਲੱਗਦਾ ਹੈ ਕਿ ਮੇਰਾ ਧਰਮ ਸਭ ਤੋਂ ਉੱਤਮ ਧਰਮ ਆ। ਤਾਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਔਰੰਗਜ਼ੇਬ ਉਸ ਟਾਈਮ ਸਭਾ ਮਨ ਜੰਜੂ ਜਿਹੜਾ ਉਤਾਰਦਾ ਸੀ ਕਿ ਦੈਟ ਮੀਨ ਇੰਨੀ ਕਨਵਰਸ਼ਨ ਹੋਈ ਸੀ। ਅਤੇ ਗੁਰੂ ਸਾਹਿਬ ਜਿਨ੍ਹਾਂ ਨੇ ਜੰਗਾਂ ਵੀ ਲੜੀਆਂ ਪਰ ਉਹਨਾਂ ਸ਼ਾਂਤਮਈ ਆਪਣੇ ਸ਼ਹਾਦਤ ਕਿ ਦੁਨੀਆਂ ਦੇ ਇਤਿਹਾਸ 'ਚ ਇਸ ਟਾਈਪ ਦੀ ਕੋਈ ਮਿਸਾਲ ਨਹੀਂ ਹੋਈ ਕਿ ਜਿਸ ਧਰਮ ਨੂੰ ਉਹ ਬਿਲੋਂਗ ਵੀ ਨਹੀਂ ਕਰਦੇ ਸੀ, ਉਹ ਫਿਲੋਸਫੀ ਜਿਹੜੀ ਸੀ ਗੁਰੂ ਸਾਹਿਬ ਦੀ ਫਿਲੋਸਫੀ ਵੀ ਜਿਹੜੀ ਸੀ ਉਹ ਮੂਰਤੀ ਪੂਜਾ ਸੀ ਉਸ ਧਰਮ ਦੀ, ਪਰ ਉਹ ਗੁਰੂ ਸਾਹਿਬ ਦੀ ਜਿਹੜੀ ਮਨੁੱਖਤਾ ਦੀ ਗੱਲ ਸੀ, ਫਿਰ ਵੀ ਉਸ ਧਰਮ ਦੇ ਲਈ, ਉਹਦੀ ਆਜ਼ਾਦੀ ਦੇ ਲਈ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ। ਇਸ ਲਈ ਸਾਨੂੰ ਇੱਕ ਸਾਡੇ ਧਾਰਮਿਕ ਟੀਚਰ ਵਾਲੇ ਸਾਨੂੰ ਇਹ ਦੱਸਿਆ ਕਿ ਗੁਰੂ ਲਾਧੋਰੇ ਦਾ ਕੰਸੈਪਟ ਜਿਹੜਾ ਸੀ ਉਹ ਵੀ ਕੌਤਕ ਗੁਰੂ ਸਾਹਿਬ ਨੇ, ਕਿਉਂਕਿ ਉਹ ਆਪ ਪਰਮਾਤਮਾ ਸੀ, ਉਹ ਕੌਤਕ ਕਿਹੜਾ ਦੁਨੀਆਂ ਨੂੰ ਇਹ ਦਿਖਾਇਆ ਕਿ ਸਾਨੂੰ ਸਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਇਸ ਟਾਈਪ ਦਾ ਕਿਹੜਾ ਅਡੰਬਰ ਗੁਰੂ ਬਣਨਗੇ ਤਾਂ ਉਹਨਾਂ ਨੂੰ ਅਸਲੀ ਗੁਰੂ ਦੀ ਪਛਾਣ ਕਿਵੇਂ ਕਰ। ਤਾਂ ਗੁਰੂ ਸਾਹਿਬ ਵੱਲੋਂ ਹੀ ਇੱਕ ਕਿਹੜਾ ਆਪਣਾ ਇਹ ਇਸ ਟਾਈਪ ਦਾ ਜਿਹੜਾ ਕੰਸੈਪਟ ਸੀ ਉਹ ਗੁਰੂ ਸਾਹਿਬ ਨੇ ਪਰਮਾਤਮਾ ਵੱਲੋਂ ਹੀ ਆਪ ਖੁਦ ਹੀ ਉਹਨਾਂ ਜਿਹੜਾ ਹੈ ਇਹ ਕੀਤਾ ਕਿ ਸਾਡੇ ਸਿੱਖ ਨੂੰ ਅਸਲੀ ਗੁਰੂ ਦੀ ਪਛਾਣ ਕਰਨ 'ਚ ਦਿੱਕਤ ਨਾ ਆਵੇ।
ਅਸੀਂ ਫੇਰ ਵੀ ਅੱਜ ਵੀ ਭਟਕੇ ਫਿਰਦੇ ਹਾਂ, ਕੋਈ ਸਾਧਾ ਦੇ ਡੇਰੇ ਤੇ ਜਾਂਦੇ ਹਾਂ, ਜਿਹੜੇ ਦੇਹਧਾਰੀ ਗੁਰੂ ਆ ਉਹਨਾਂ ਨੂੰ ਮੰਨਦੇ ਹਾਂ, ਪਰ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਪੁੱਤਰ ਸੀ, ਉਹਨਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਸਾਡੀ ਹੁਣ ਸਿੱਖਾਂ ਦੀ ਇਹ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਵੀ ਦੇਹਧਾਰੀ ਨੂੰ ਨਾ ਮੰਨੀਏ। ਅਸਲੀ ਗੁਰੂ ਦੀ ਪਛਾਣ ਦਾ ਜਿਹੜਾ ਕੰਸੈਪਟ ਗੁਰੂ ਸਾਹਿਬ ਨੇ ਦਿੱਤਾ ਉਹ ਇਹੋ ਹੀ ਸੀ ਕਿ ਫਿਊਚਰ ਦੇ ਵਿੱਚ ਸਾਡੇ ਜਿਹੜਾ ਸਿੱਖ ਆ ਉਹ ਭੁਲੇਖੇ ਚ ਨਾ। ਸਾਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਤਾਂ ਹੀ ਫਾਇਦਾ ਹੈ ਕਿ ਜੇ ਅਸੀਂ ਗੁਰੂ ਸਾਹਿਬ ਵੱਲੋਂ ਦੱਸੇ ਹੋਏ ਮਾਰਗ ਤੇ ਚੱਲੀਏ, ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਈਏ, ਤਾਂ ਹੀ ਸਾਨੂੰ ਅਸੀਂ ਇਹ ਜਿਹੜੇ ਨੇ ਦਿਹਾੜੇ ਨੇ ਇਹ ਮਨਾਉਣ ਦਾ ਸਾਨੂੰ ਤਾਂ ਹੀ ਫਾਇਦਾ ਹੈ। ਕਿ ਮੈਂ ਅਗੇਨ ਸਾਰਿਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਦੇਣਾ, ਲੱਖ ਲੱਖ ਵਧਾਈਆਂ ਹੋਣ। ਸਾਨੂੰ ਪਰਮਾਤਮਾ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਾਨੂੰ ਇਹ ਸੋਝੀ ਮਿਲੇ ਕਿ ਅਸੀਂ ਗੁਰੂ ਸਾਹਿਬ ਵੱਲੋਂ ਦੱਸੇ ਹੋਏ ਮਾਰਗ ਦੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਮਨ ਵਜੀਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਗ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਸਤਨਾ ਗਲਾ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਹੀਂ ਕਰਤਾ ਤੇਰੇ ਸਭ ਕਿਸੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਭ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ, ਸਦਾ ਗੁਰਬਾਣ ਕੀਤਾ ਗੁਰ ਵਡਾਉ ਜਿਸ ਦੀਆਂ ਹੀ ਵਡਿਆਈਆਂ। ਕਹੇ ਨਾਨਕ ਸੁਣੋ ਸੰਤ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸਪਾ ਕੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆਂ, ਪੰਜ ਦੂ ਤੁਦ ਕਾਲ ਕੰਠ ਕੁਮਾਰ, ਤੁਦ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਜਿਤ ਕਰ ਅਨਹਦ ਅਨਦ ਸੁਣੋ ਵੱਡ ਭਾਗੀ ਹੋ, ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਦਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਦੇ ਜਾਣੀ ਸੁਣ ਤੇ ਪਵੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਬਲਵੰਤ ਨਾਨਕ। ਸੁਣ ਤੇ ਪਵੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ ਬਲਵੰਤ ਨਾਨਕ, ਗੁਰ ਚਰਨ ਲਾਗੇ ਵਾਜੇ ਅਨਹਦ ਤੂ। ਸਲੋਕ ਪਵਨ ਗੁਰੂ ਬਾਣੀ ਪਿਤਾ, ਮਾਤਾ ਤਰਤ ਮਹਾਤ, ਦਿਵਸ ਰਾਤ ਦੁਇਦਾਈ ਦਾਇਆ, ਇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ
ਕਰਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਜਾਇਆ ਗਏ ਮਸਕਤ ਹਾਲ ਨਾਨਕ ਦੇ ਮੁਕਯੋ ਚਲੇ ਕੀਤੀ ਛੁਟੀ ਨਾਲ ਜਿਨੀ ਨਾਮ ਜਾਇਆ ਨਾਨਕ ਦੇ ਮੁਕਯੋ ਚਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਖਾ ਸਾਹਿਬ ਦੇ ਸਮਾਗਮ ਕਰਵਾਏ ਗਏ ਸ੍ਰੀ ਮਹਾਰਾਜ ਗੁਰਬਾਣੀ ਪਾਠ ਤੋਂ ਪ੍ਰਾਪਤ ਗੁਰੂ ਸ੍ਰੀ ਅਤੇ ਡਾਕਟਰ ਰਾਣੀ ਸਾਹਿਬ
ਕਰਕੇ ਸਭ ਕੇ ਮਾਫ ਕਰਨਾ ਅਤੇ ਇਸ ਵਕਤ ਅਕਲੀ ਆਈ ਹੋਈ ਸੰਗਤੀ ਹਾਰ ਕੇ ਤੇਰੇ ਤੋਂ ਭੇਟਾ ਵਾ ਪ੍ਰਵਾਨ ਕਰਨੀਆਂ ਕਰਨ ਸਾਨੂੰ ਦੇਖੇ ਜਾਣਾ ਸਭ ਤੇ ਆਪਣਾ ਮਿਹਰ ਪ੍ਰਿਆਪ ਰੱਖਣਾ ਸਭ ਨੂੰ ਗੁਰਬਾਣੀ ਦਾ ਜੋਰੀ ਰੱਖਣਾ ਸੋਚੇ ਪ੍ਰਿਆਪਿਆਂ ਨੂੰ ਵੱਖ ਵੱਖ ਗੱਡਿਆਂ ਦਾ ਦਾਨ ਰੱਖਣਾ ਕੰਮ ਕਰਾਇਆ ਆਪਣਾ ਮਨ ਮਿਹਰ ਪ੍ਰਿਆਪ ਰੱਖਣਾ ਸੋ ਇਸ ਵੇਲੇ ਆਪ ਦੀਆਂ ਰਾਤਾਂ ਵਾਰਤਾਂ ਵਿੱਚੋਂ ਪੰਚਮ ਸਾਹ ਪ੍ਰਸਾਦ ਦੇ ਸਤਿ ਰਾਜ ਗੁਰੂ ਦਰਬਾਰਾ ਆਪ ਨੂੰ ਪ੍ਰਵਾਨ ਕਰਨਾ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਜੀ ਦੀ ਬਤਾਉਣ ਦੀ ਆਗਿਆ ਵਰਤ ਕੇ ਜਦੋਂ ਵੀ ਛੱਡੇ ਸੋ ਆਪ ਜੀ ਦਾ ਪਵਿੱਤਰ ਪਵਿੱਤਰ ਨਾਮ ਸਤਨਾਮ ਜੀ ਛੱਡੇ ਸੋ ਇਸ ਵੇਲੇ ਆਪ ਆਪਣੇ ਮੁਖਾਰ ਦੇ ਕੋਲੋਂ ਅਲਾਹੀ ਹੁਕਮਨਾਮ ਦੇ ਬਖਸ਼ ਕੇ ਸਤਿਕਾਰ ਕਰਤਾਰ ਕਰੋ ਅਤੇ ਛੁੱਟੀਆਂ ਬਖਸ਼ੋ ਸ੍ਰੀ ਪਿਆਰੇ ਸਤਿਗੁਰੂ ਨੇ ਜਿਹੜਾ ਮਿਲਿਆ ਤੇਰਾ ਨਾਮ ਕਿਤਾਰੇ ਗੁਰੂ ਨਾਨਕ ਨਾਮ ਸਤਿ ਸ੍ਰੀ ਜੇ ਸੋ ਚੰਦਾ ਉਗਵੈ ਸੂਰਜ